ਤੇ ਤੁਸੀਂ ਬੋਲਿਆ ਜੇ ਨਾ ਕਹਿੰਦੇ ਕੋਰੀਅਨ ਨੂੰ ਇੱਕ ਵਾਰੀ ਹੋਇਆ ਜਨਾਬ ਇਸ ਤਰ੍ਹਾਂ ਫੈਸਲਾਬਾਦ ਉੱਥੇ ਸਾਡੇ ਹਸਪਤਾਲ 'ਚ ਪੈ ਗਿਆ ਛਾਪਾ ਪੁਲਿਸ ਦਾ ਬਹੁਤ ਵੱਡਾ ਕਿਸਮ ਦਾ ਭਰਨਾ ਅੰਦਰ ਤੋੜਨ ਅਤੇ ਆ ਗਿਆ ਜਨਾਬ ਮੇਰੇ ਕਮਰੇ 'ਚ ਤੂੰ ਬਈ ਇੱਥੇ ਮੈਂ ਕਿਹਾ ਵੱਟ ਫਰ ਉਹ ਜਨਾਬ ਕਹਿੰਦੇ ਫਾਰਨਰ ਮੈਂ ਕਹਿੰਦਾ ਫਾਰਨਰ ਤਾਂ ਕਰਕੇ ਚਲੋ ਠੀਕ ਰਹੋ ਜੀ ਕਰੇ ਵਿੱਚ ਆਵੇ ਤੁਹਾਡੇ ਕੋਲ ਗੱਲ ਕਰਿਆ ਜੇ ਚਵਲ ਨੂੰ ਨਾ ਮਾਰਿਆ ਇਹ ਕਿਸੇ ਤੋਂ ਹਲਕੇ ਵਾਲੀ ਕਿ ਦੂਸਰੀ ਹੈ ਉੱਥੇ ਬੜੇ ਉੱਥੇ ਦੀਦੀਆਂ ਗੱਲਾਂ ਕਰੋ ਯਾਰ ਅਸੀਂ ਵੀ ਚਲਾਉਣਾ ਸਾਨੂੰ ਮੇਰੀਆਂ ਗੋਲੀਆਂ ਪੈ ਗਈਆਂ ਖੰਭਾ ਚਾਹੀਦਾ ਨਹੀਂ ਘੰਟਾ ਬਦਲ ਲਾਈਨ ਇੰਨੀ ਦੂਰੋਂ ਵੈਸੇ ਸਹੀ ਨਹੀਂ ਕਰਦਾ ਪਾਣੀ ਪਿਆ ਲਾ ਪਾਣੀ ਪਿਆ ਲਾ ਰਿਕਾਰਡਿੰਗ ਸ਼ੁਰੂ ਕਰਤੀ ਮੇਰੇ ਖਿਆਲ ਸਭ ਤੋਂ ਜ਼ਿਆਦਾ ਗਾਣਾ ਇਹ ਲੱਗਿਆ ਰਿਹਾ ਹਰ ਪਾਸੇ ਪਰਦੇਸੀ ਸਾਰੇ ਪਰਦੇਸੀ ਆਏ ਨੇ ਜਿਹਨਾਂ ਵੇਖ ਲਿਆ ਵੀ ਪਰਦੇਸੀ ਆਏ ਚੜਨ ਦਾ ਮੂਡ ਭਾਈ ਚੜ੍ਹ ਤੇ ਬੰਦਾ ਜਾਵੇ ਪਰ ਲੈਣ ਲੱਗਾ ਥੱਲੇ ਖੌਫ ਆ ਜਾਂਦਾ ਦੇਖੇ ਥੱਲੇ ਤੇ ਇੱਕ ਵਾਰੀ ਸਪੈਸ਼ਲ ਕੁਛ ਵੀ ਨਹੀਂ ਹੁੰਦਾ ਸਿਰਫ ਇਹ ਵੇਖ ਕੇ ਇਸ ਟਾਈਮ ਚੜ੍ਹੋ ਬੰਦੇ ਦੇਖਦੇ ਨੇ ਬੈਲਟ ਲੈ ਹੁੰਦੇ ਇੱਕ ਬਾਬਦਾਰਿਆਂ ਦੀ ਤੇ ਉਹ ਦੋਵੇਂ ਲੈ ਕੇ ਅੱਗੇ ਪਿੱਛੇ ਦੋਵੇਂ ਚੜ੍ਹ ਚੱਲਣੇ ਆ
ਇੱਕ ਬੰਦਾ ਡਿੱਗਾ ਸੀ ਜਦੋਂ ਬੰਦਾ ਸੀਗਾ ਉਹ ਅਸੀਂ ਸਕੂਲ ਪੜ੍ਹਦੇ ਹਾਂ ਨੰਬਰ ਛਾਲ ਮਾਰੀ ਕਿਆ ਵਾ ਮੇਰੀ ਬਣਾ ਰਹੇ ਹਫਜ਼ਾਬਾਦ ਨਾਲ ਮੁਫੱਕਰ ਆ ਇੰਨੀ ਤੇਜ਼ ਨਹੀਂ ਸਹੀ ਜਾਂਦੀ ਦੋ ਸੌ ਰੁਪਏ
اس طرح شاپنگ ہوتی ہے ہمارے پاکستان میں بعد میں ڈمی کر گودام ہی کر لو گودام نہیں کریم صاحب کی طرح سٹ دے وہاں ابھی آئی تیرے آنا کڑا خراب ہو جانے تھوڑا آپ سجات ہو جا ہاں لائٹ سامنے پاؤ ادھر میرے پیچھے پیچھے آ جانا آ جا اگے آ جا اگے اندر
ਸਾਹਮਣੇ ਜਿੱਥੇ ਜਵਾਸ ਨੀ ਉਹਨਾਂ ਦਾ ਖਦਰਲਾ ਸਾਹਮਣੇ ਚਲ ਵੀ ਤੂੰ ਆਹਿਸਤਾ ਬਾਹਰ ਚਲੇ ਜਾ ਮੈਂ ਨਾ ਵੈਸੇ ਵਾਸਤੇ ਮੁੰਡਾ ਨਾਲ ਲੈ ਕੇ ਆਇਆ ਮੈਂ ਇਸੇ ਵਾਸਤੇ ਮੁੰਡਾ ਨਾਲ ਲੈ ਕੇ ਆਇਆ ਸਾਂ ਮੈਂ ਕਿਹਾ ਮੁੰਡਾ ਮੈਂ ਇਸੇ ਵਾਸਤੇ ਨਾਲ ਲੈ ਕੇ ਆਇਆ ਸਾਂ ਐਂਟੀਨਾ ਕਿੱਥੇ ਗਿਆ ਉੱਥੇ ਬਈ ਐਂਟੀਨਾ ਉਹ ਵੀ ਲਾਤਾ ਨੇ ਟੀ ਵੀ ਏਰੀਅਲ ਨਾ ਨਾ ਦੂਸਰਾ ਇਹ ਵਾਲਾ ਘਰ ਲੈ ਗਿਆ ਥੋੜ੍ਹਾ ਪਰੇ ਲਾਈਟ ਇੱਧਰ ਹੀ ਪਾਉਣੀ ਹੋਰ ਪਰੇ ਉੱਧਰ ਇੱਥੇ ਆ ਥੋੜ੍ਹਾ ਪਰੇ ਗੱਲ ਸੁਣਾ ਨਾ ਮੇਰੀ ਤਰ੍ਹਾਂ ਗੱਲ ਸੁਣਾ ਨਾ ਇੱਕ ਮਿੰਟ ਚਲੋ ਇੱਥੇ ਰਹੋ ਬਸ ਹਾਂ ਚਲੋ ਠੀਕ ਹੈ ਚਲੋ ਮੈਂ ਕਿਹਾ ਮੁੰਡੇ ਦੀ ਬਣਾ ਲਈ ਹੈ ਨਾ ਮੁੰਡੇ ਦੀ ਛੱਤ ਪਾਓ ਜੀ
ਥੋੜਾ ਥੱਲੇ ਕਰ ਜਰਾ ਮੋੜ ਸੱਜੇ ਹੱਥ ਹਾਂ
ਲੱਗ ਗਿਆ ਜੀ ਘੁਮਾਓ ਘੁਮਾਓ ਡਾਕਟਰ ਸਾਹਿਬ ਇਹ ਬੜੀ ਦੂਰ ਭੇਜਣੀ ਫਿਲਮ ਤੁਹਾਡੀ ਜੀ ਅਗਰ ਦੇਖੋ ਜੀ ਤੁਸੀਂ ਸਾਡੇ ਵਾਸਤੇ ਇੱਕ ਯਾਦਗਾਰ ਬਿਲਕੁਲ ਆ ਰਹੀ ਸਰ ਬਾਕੀ ਹੋਰ ਜੇ ਕੁਛ ਕਹਿਣਾ ਹੈ ਤਾਂ ਕਹਿ ਦੇ ਉਹਨਾਂ ਨੂੰ ਬੜੇ ਖੁਸ਼ ਹੋਣਗੇ ਕਿ ਸਹੀ ਸਾਹਿਬ ਦੇ ਵੀ ਬਣਾ ਕੇ ਭੇਜਦੇ ਨੇ।
ਤੇ ਉਹਨਾਂ ਨੇ ਕਿਹਾ ਸੀ ਆਪਣੇ ਜਿੰਨੇ ਵੀ ਹੈ ਨਾ ਸਾਡੇ ਟੀਚਰ ਕਵਾਗਤ ਹਾਂਜੀ ਸਭ ਦੇ ਕਿਉਂਕਿ ਬਾਹਰ ਜਾ ਕੇ ਯਾਦ ਆਉਂਦੀ ਸਾਡੇ ਨਾਲ ਤੇ ਫਿਰ ਉਹਨਾਂ ਦੀ ਐਫੀਲੀਏਸ਼ਨ ਜਿਹੜੀ ਹੈ ਉਹ ਤੇ ਫਿਰ ਕਿਸੇ ਹੋਰ ਕਿਸਮ ਦੀ ਹੈ ਨਾ ਜੀ ਬਿਲਕੁਲ ਕੋਈ ਇਹ ਨਹੀਂ ਕਿ ਅਸੀਂ ਇਸ ਸ਼ਹਿਰ ਦੇ ਰਹਿਣ ਵਾਲੇ ਹਾਂ ਅਤੇ ਇਸ ਵਾਸਤੇ ਤੁਹਾਨੂੰ ਕਿ ਸਾਡਾ ਸਹੀ ਗੱਲ ਸਾਡੇ ਤੇ ਉਹ ਬੱਚੇ ਨੇ ਜੀ ਬਿਲਕੁਲ ਸਾਰੀ ਟੋਟਲ ਜਿੱਥੋਂ ਤੱਕ ਮਰਜ਼ੀ ਲੈ ਲਓ ਇਹ ਕੈਮਰਾ ਤੁਹਾਡਾ ਹਾਂਜੀ ਇਹ ਕੀ ਚੀਜ਼ ਜੀ ਕੀ ਚੀਜ਼ ਕਹਿ ਸੀ ਕੈਮਰਾ ਇਹ ਉਹਨਾਂ ਨੇ ਭੇਜਿਆ ਜੀ ਉੱਥੇ ਅੱਛਾ ਜੀ ਕਿ ਵੀ ਬਣਾ ਕੇ ਤੇ ਭੇਜੋ ਸਾਰਿਆਂ ਨੂੰ ਬਿਲਕੁਲ ਜੀ ਲੜਕੇ ਅੱਜ ਕੱਲ੍ਹ ਪਤੰਗਬਾਜ਼ੀ ਦਾ ਮੌਸਮ ਹੈ ਨਾ ਜੀ ਤੇ ਇਹ ਜੁਮਾ ਜਿਹਾ ਗੁਜ਼ਰਿਆ ਨਾ ਜੀ ਇਹ ਬਸੰਤ ਦਾ ਜੁਮਾ ਸੀ ਸਰ ਇੱਧਰ ਆਓ ਨਾ ਜ਼ਰਾ ਇੱਥੇ ਆ ਕੇ ਦੱਸੋ ਨਾ ਕਿ ਕਿਹੜਾ ਬਾਜ਼ਾਰ ਹੈ ਮੈਂ ਕਮੈਂਟ ਕਰਾਂ ਜੀ ਜੀ ਬਿਲਕੁਲ ਆਲ ਫੈਸਲ ਬਾਜ਼ਾਰ ਅੱਜ ਕੱਲ੍ਹ ਇਸ ਨਾਂ ਤੋਂ ਜਾਣਿਆ ਜਾਂਦਾ ਜੀ ਇੱਥੇ ਪੁਰਾਣੀ ਸਬਜ਼ੀ ਮੰਡੀ ਹੁੰਦੀ ਸੀ ਅਤੇ ਜਿਹੜੀ ਮੈਂ ਵੀ ਵੇਖੀ ਹੈ ਅਤੇ ਸਾਡੇ ਵੱਡਿਆਂ ਨੇ ਵੇਖੀ ਹੈ ਅਤੇ ਮੇਰੇ ਬਚਪਨ 'ਚ ਇੱਥੇ ਨਾ ਸਬਜ਼ੀ ਮੰਡੀ ਹੁੰਦੀ ਸੀ ਇਸ ਗੱਲ ਨੂੰ ਕੋਈ 30-35 ਸਾਲ ਹੋ ਗਏ ਅਤੇ ਹੁਣ ਅੱਜ ਕੱਲ੍ਹ ਰੇਹੜੀ ਬਾਜ਼ਾਰ ਦੇ ਨਾਂ 'ਤੇ ਵੀ ਜਾਣਿਆ ਜਾਂਦਾ ਜੀ ਅੱਜ ਵੈਸੇ ABCD ਸਾਹਿਬ ਨੇ ਚੱਕਰ ਲਾਇਆ ਤਾਂ ਹੀ ਸਫਾਈ ਇਸ ਵਾਸਤੇ ਚੌਂਕ ਸਾਫ਼ ਸੁਥਰਾ ਨਜ਼ਰ ਆ ਰਿਹਾ ਔਰ ਚੌਂਕ ਦੇ ਵਿੱਚ ਤੁਹਾਨੂੰ ਟਾਂਗੇ ਨਹੀਂ ਨਜ਼ਰ ਆ ਰਿਹਾ ਅਤੇ ਟਾਂਗਿਆਂ ਦਾ ਅੱਡਾ ਵੀ ਇੱਥੇ ਬਣਿਆ ਰਹਿੰਦਾ ਜੀ ਅਤੇ ਸਾਹਮਣੇ ਦੁਕਾਨਾਂ ਹੁੰਦੀਆਂ ਸੀ ਦਾਰੂ ਕਿਤਾਂ ਦੀਆਂ ਇਹ ਵਾਲੀਆਂ ਸੀ ਅਤੇ ਇਹ ਹੁਣ ਤਕਰੀਬਨ ਨਾ ਕਿਉਂਕਿ ਵੱਡੇ ਵੱਡੇ ਇਹਨਾਂ ਦੇ ਸਾਰੇ ਬੱਚੇ ਦੁਨੀਆਂ ਤੋਂ ਰੁਖਸਤ ਹੋ ਗਏ ਨੇ ਅਤੇ ਬੱਚੇ ਬੱਚੇ ਰਹਿ ਗਏ ਨੇ ਇਸ ਵਾਸਤੇ ਦੁਕਾਨਾਂ ਹੁਣ ਤੁਹਾਨੂੰ ਬੰਦ ਨਜ਼ਰ ਆ ਰਹੀਆਂ ਨੇ ਫਾਇਰ ਬ੍ਰਿਗੇਡ ਸਾਡੇ ਨਾਲ ਹੀ ਹੈ ਜਿੱਥੇ ਕਦੇ ਗੱਡੀ ਦੇ ਨਾਲ ਹੀ ਆ ਲਾਲ ਗੱਡੀ ਇੱਥੇ ਸਟਾਰਟ ਕਰਨ ਵਾਸਤੇ ਸਟਾਰਟ ਹੀ ਨਹੀਂ ਸੀ ਹੁੰਦੀ ਜਦੋਂ